ਬੇਦਿਲ ਜਿਨ੍ਹਾਂ ਦੇ ਗਾਣਿਆਂ ਨੂੰ ਤਾਂ ਪਸੰਦ ਕੀਤਾ ਹੀ ਜਾਂਦਾ ਹੈ। ਜਲਦ ਹੀ ਅਰਮਾਨ ਬੇਦਿਲ ਵੱਡੇ ਪਰਦੇ ਤੇ ਵੀ ਨਜ਼ਰ ਆਉਣ ਵਾਲੇ ਨੇ। ਅਰਮਾਨ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ਦਾ ਟਾਈਟਲ ਹੈ ਬੀ ਡਾਊਨ। ਇਸ ਦੇ ਨਾਲ ਹੀ ਉਹਨਾਂ ਨੇ ਕੈਪਸ਼ਨ ਵਿੱਚ ਵੀ ਦੱਸਿਆ ਹੈ ਕਿ ਇਸ ਫਿਲਮ ਦੇ ਵਿੱਚ ਪੰਜਾਬ ਤੋਂ ਆਏ ਹੋਏ ਗੱਭਰੂਆਂ ਅਤੇ ਮੁਟਿਆਰਾਂ ਦੀ ਮਿਹਨਤ ਅਤੇ ਹਾਰਡ ਵਰਕ ਦੀ ਗੱਲ ਅਤੇ ਪਿੰਡ ਬੈਠੇ ਬੇਬੇ ਅਤੇ ਬਾਪੂ ਦੀ ਗੱਲ ਕੀਤੀ ਜਾਵੇਗੀ। ਅਤੇ ਇਸ ਬਿਊਟੀਫੁਲ ਕੰਸੈਪਟ ਦੇ ਰਾਈਟਰ ਅਤੇ ਡਾਇਰੈਕਟਰ ਨੇ ਸੁੱਖ ਸੰਘੇੜਾ। ਹੁਣ ਇਹ ਫਿਲਮ ਦਰਸ਼ਕਾਂ ਦੇ ਦਿਲਾਂ 'ਤੇ ਕੀ ਛਾਪ ਛੱਡੇਗੀ, ਇਹ ਤਾਂ 2023 ਯਾਨੀ ਕਿ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ। ਫੋਰ ਮੋਰ ਅਪਡੇਟਸ ਸਟੇ ਟਿਊਨ ਟੂ PCR ਓਨਲੀ ਓਨ ਬੱਲੇ ਬੱਲੇ।